ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਨਵੰਬਰ ਯਾਨੀ ਕਿ ਅੱਜ ਸ਼ਾਮ 4 ਵਜੇ ਸੂਬੇ ਲਈ ਇੱਕ ਇਤਿਹਾਸਿਕ ਫੈਸਲਾ ਲੈਣ ਜਾ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਖੇਤੀ ਕਾਨੂੰਨਾਂ, ਬਿਜਲੀ ਸਮਝੌਤੇ ਅਤੇ BSF ਦੇ ਮੁੱਦੇ ਤੇ 8 ਨਵੰਬਰ ਨੂੰ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫਾ ਵੱਲੋਂ ਅਰੂਸਾ ਆਲਮ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਆਪਣੇ ਟਵੀਟ ਵਿੱਚ ਮੁਹੰਮਦ ਮੁਸਤਫਾ ਨੇ ਕਿਹਾ ਕਿ ਅਰੂਸਾ ਆਲਮ ਹੁਣ ਉਹਨਾਂ ਦਾ ਮੂੰਹ ਨਾ ਖੁਲਵਾਉਣ ਕਿਉਂਕਿ ਉਹ ਕੈਪਟਨ ਦੇ ਨਾਲ ਹੀ ਉਹਨਾਂ ਨੂੰ ਮਿਲਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਨਾਲ ਆਉਣ ਕਰਕੇ ਉਹਨਾਂ ਨੇ ਅਰੂਸਾ ਆਲਮ ਦਾ ਸਵਾਗਤ ਕੀਤਾ ਹੈ ਅਤੇ ਕਦੇ ਵੀ ਕਿਸੇ ਕੰਮ ਨੂੰ ਲੈ ਕੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ। ਮੁਹੰਮਦ ਮੁਸਤਫਾ ਨੇ ਕਿਹਾ ਕਿ ਜਦੋਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਅਤੇ ਸ਼ਿਸ਼ਟਾਚਾਰ ਵਜੋਂ ਉਹਨਾਂ ਨੇ ਅਰੂਸਾ ਆਲਮ ਨਾਲ ਮੁਲਾਕਾਤ ਕੀਤੀ। ਮੁਹੰਮਦ ਮੁਸਤਫਾ ਨੇ ਅਰੂਸਾ ਆਲਮ ਨੂੰ ਕਿਹਾ ਕਿ ਸੂਬਾ ਹੀ ਕਾਂਗਰਸ ਦੇ ਮਾਮਲਿਆਂ ਤੋਂ ਉਹ ਦੂਰ ਰਹਿਣ। ਮੁਹੰਮਦ ਮੁਸਤਫਾ ਨੇ ਅਰੂਸਾ ਆਲਮ ਨੂੰ ਕਿਹਾ ਕਿ ਉਹ ਬੇਸ਼ਰਮੀ ਭਰੇ ਝੂਠ ਦਾ ਸਹਾਰਾ ਨਾ ਲੈਣ। ਉਹਨਾਂ ਨੇ ਕਿਹਾ ਕਿ ਅਰੂਸਾ ਨੂੰ ਉਹਨਾਂ ਨੇ 16 ਸਾਲਾਂ 'ਚ ਕਦੇ ਵੀ ਬਿਨਾਂ ਕਿਸੇ ਕੇਸ ਦੇ ਕੋਈ ਸੱਦਾ ਨਹੀਂ ਦਿੱਤਾ। ਦੱਸਣਯੋਗ ਹੈ ਕਿ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸ਼ਹੀਦੀ ਸਿਪਾਹੀ ਮਨਜੀਤ ਸਿੰਘ, ਜਿਸ ਨੇ ਨੌਸ਼ਹਿਰਾ ਸੈਕਟਰ ਵਿੱਚ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ, ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਬਹਾਦਰ ਸਿਪਾਹੀ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਦਿਆਂ ਸ਼ਹੀਦ ਵੱਲੋਂ ਵਿਖਾਈ ਗਈ ਸਮਰਪਿਤ ਭਾਵਨਾ ਉਹਨਾਂ ਦੇ ਸਾਥੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। 17 ਸਿੱਖ ਰੈਜੀਮੈਂਟ ਨਾਲ ਸੰਬੰਧਿਤ ਸਿਪਾਹੀ ਮਨਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੇੜਾ ਕੋਟਲੀ ਦਾ ਰਹਿਣ ਵਾਲਾ ਸੀ। ਉਸਦਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਮਾਤਾ ਪਿਤਾ, 4 ਭੈਣਾਂ ਅਤੇ 1 ਭਰਾ ਛੱਡ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਵੱਡਾ ਹਮਲਾ ਬੋਲਿਆ ਹੈ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਤੇ ਉਹਨਾਂ ਨੂੰ ਨਸੀਹਤਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਬਾਗੀ ਨਹੀਂ ਹੋਣਾ ਚਾਹੀਦਾ ਸੀ। ਨਾਭਾ ਵਿਖੇ ਪ੍ਰੀਤ ਕੰਬਾਈਨ ਇੰਡਸਟਰੀ ਦੇ MD ਹਰੀ ਸਿੰਘ ਦੇ ਘਰ ਪਹੁੰਚੇ ਵੱਡੇ ਬਾਦਲ ਨੇ ਕਿਹਾ ਕਿ ਜੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਵੀ ਦਿੱਤਾ ਗਿਆ ਸੀ ਪਰ ਫਿਰ ਵੀ ਉਹਨਾਂ ਨੂੰ ਆਪਣੀ ਪਾਰਟੀ ਨਾਲ ਬਗਾਵਤ ਨਹੀਂ ਸੀ ਕਰਨੀ ਚਾਹੀਦੀ। ਮੈਨੂੰ ਵੀ ਕਈ ਵਾਰ ਅਹੁਦਾ ਨਹੀਂ ਮਿਲਿਆ, ਮੈਂ ਵੀ ਪਾਰਟੀ ਵਿੱਚ ਪੂਰਾ ਕੰਮ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਤਾਂ ਪਾਰਟੀ ਹੀ ਛੱਡ ਕੇ ਚਲੇ ਗਏ। ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਤੇ ਉਹਨਾਂ ਨੇ ਕਿਹਾ ਕਿ ਇਸ ਨਾਲ ਅਮਰਿੰਦਰ ਸਿੰਘ ਨੂੰ ਕੋਈ ਸਫਲਤਾ ਨਹੀਂ ਮਿਲੇਗੀ। ਕਾਂਗਰਸ ਪਾਰਟੀ ਦੇ ਹਮਲਾ ਬੋਲਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਪਰ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ। ਕਿਸੇ ਪ੍ਰਤੀ ਜਾਤੀ ਲੜਾਈ ਨਹੀਂ ਲੜਨੀ ਚਾਹੀਦੀ। ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਧਾਰਮਿਕ ਤੌਰ ਉੱਤੇ ਉਹਨਾਂ ਨੇ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਅਤੇ 1984 ਦੇ ਕਤਲੇਆਮ ਕਰਵਾਇਆ। ਕਾਂਗਰਸ ਨੇ ਪੰਜਾਬ ਦਾ ਪਾਣੀ ਵੀ ਖੋਹ ਲਿਆ। ਕਾਂਗਰਸ ਪਾਰਟੀ ਨੇ ਜਿਹੜਾ ਨੁਕਸਾਨ ਕੀਤਾ ਹੈ ਉਹ ਅੰਗਰੇਜ਼ਾਂ ਤੇ ਮੁਗਲਾਂ ਤੋਂ ਵੀ ਵੱਧ ਹੈ। ਕੇਜਰੀਵਾਲ ਭਾਸ਼ਣ ਦਿੰਦੇ ਨੇ, ਉਹਨਾਂ ਲੋਕਾਂ ਦੀਆਂ ਬੱਸਾਂ ਏਅਰਪੋਰਟ ਤੱਕ ਜਾਂਦੀ ਹੈ ਲੇਕਿਨ ਸਰਕਾਰ ਦੀ ਬੱਸ ਏਅਰਪੋਰਟ ਤੱਕ ਨਹੀਂ ਜਾਂਦੀ। ਰਾਜਸਥਾਨੋਂ ਬੱਸ ਆਉਂਦੀ ਹੈ, ਸਾਨੂੰ ਬੜੀ ਖੁਸ਼ੀ ਹੈ ਕਿ ਰਾਜਸਥਾਨ ਸਰਕਾਰ ਦੀ ਬੱਸ, ਰਾਜਸਥਾਨ ਸਰਕਾਰ ਮਤਲਬ ਲੋਕਾਂ ਦੀ ਬੱਸ ਹੈ, APRTC ਆਮ ਲੋਕਾਂ ਦੀ ਜਨਤਾ ਦੀ ਬੱਸ ਹੈ। ਇਹ ਜਿਹੜੀ ਕਦੀ ਗੱਲ ਕਰਦੀ ਹੈ, ਅਗਰ ਮੈਂ ਦਿੱਲੀ ਦਾ ਮੁੱਖ ਮੰਤਰੀ ਹੋਵਾਂ ਤਾਂ ਮੈਂ ਬਿਨਾਂ ਪਰਮਿਟ ਤੋਂ ਸਰਕਾਰ ਦੀ ਬੱਸ ਵੀ ਚਲਾ ਸਕਦਾ। ਕਿਹੜੇ ਨਾਮ ਦੀ ਗੱਲ ਕਰਦੇ ਆ, ਸਰਕਾਰ ਦੀ ਚੱਲ ਰਹੀ ਹੈ ਨਾ, ਜਿਹੜਾ ਰਾਜੀਵ ਰਿੰਗ ਦੀ ਚੱਲ ਰਹੀ ਹੈ। ਸੋ ਜੇ ਉਹ ਪੰਜਾਬ ਨੂੰ ਪਿਆਰ ਕਰ ਰਹੇ, 20 ਦਿਨ ਹੋ ਗਏ ਚਿੱਠੀ ਲਿਖੀ ਨੂੰ, ਲੇਕਿਨ ਚਿੱਠੀ ਦਾ ਕੋਈ ਜਵਾਬ ਨਹੀਂ ਹੈ। ਮੈਂ ਕੇਂਦਰੀ ਮੰਤਰੀ ਨੂੰ ਚਿੱਠੀ ਲਿਖੀ, ਉਹ ਕਹਿੰਦੇ ਸਾਡੇ ਅੰਦਰ ਮੋਸਟ ਵੈਲਕਮ, ਅਸੀਂ ਤੁਹਾਡਾ ਐਗਰੀਮੈਂਟ ਰੀਨਿਊ ਕਰਦੇ ਹਾਂ। ਮੈਂ ਟਵਿੱਟਰ 'ਤੇ ਪਾਇਆ, ਲੇਕਿਨ ਦਿੱਲੀ ਸਰਕਾਰ ਨੂੰ ਗੁਜ਼ਾਰਿਸ਼ ਕਰੋ, ਦਿੱਲੀ ਸਰਕਾਰ ਨੇ ਸਰਕਾਰ ਦੀ ਬੱਸ ਕਿਉਂ ਕਰ, ਦੇਖੋ ਤਨਾਸ ਸਰਕਾਰ ਦੀ ਬੱਸ ਵੀ ਕੋਈ ਕੰਮ ਕਰਦਾ ਹੁੰਦਾ। ਪੰਜਾਬ ਦੇ ਲੋਕਾਂ ਨਾਲ ਪਿਆਰ ਹੋਵੇ, ਇਹ ਕੇਜਰੀਵਾਲ ਸਾਹਿਬ ਨਾ ਰੋਸ਼ਨੀ ਬਰਸਾਤੀ ਕੰਮ ਕਰਦੇ ਆ, ਅਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਇਲੈਕਸ਼ਨ ਆਉਣਾ ਉਦੋਂ ਫਿਰ ਆ ਜਾਂਦੇ। ਪੰਜਾਬ ਬਣਾਤਾ, 650 ਕਿਸਾਨ ਬਣ ਗਿਆ, ਜੇ ਹੁਣ ਕਿਸਾਨਾਂ ਤੋਂ ਬਿਨਾਂ ਇੱਕ ਨਵਾਂ ਪੰਜਾਬ ਉਸਾਰਨ ਦੀ ਗੱਲ ਕਰ ਰਹੇ ਹਾਂ। 650 ਕਿਸਾਨ ਬਣ ਗਿਆ, ਅੰਗਰੇਜ਼ ਸਰਕਾਰ ਵੀ ਇਹਨਾਂ ਨੇ ਬਿਹਤਰ ਕਲਾਤੀ, ਉਦੋਂ ਵੀ ਕੋਈ ਆਵਾਜ਼ ਸੁਣਾਈ ਦਿੰਦਾ ਸੀ, ਸੁਣਦਾ ਸੀ, ਉਹ ਵੀ 5 ਬੰਦਿਆਂ ਦਾ ਬਹੁਤ ਮਿਲਦਾ ਹੁੰਦਾ ਸੀ।
ਲੇਕਿਨ ਅੱਜ ਔਰੰਗਜ਼ੇਬ ਨੂੰ ਲੋਕਾਂ ਨੇ ਭੁਲਾਤਾ, ਅੱਜ ਅੰਗਰੇਜ਼ ਸਰਕਾਰ ਨੂੰ ਚੰਗਾ ਭੁਲਾਤਾ ਭਾਜਪਾ ਦੀ ਸਰਕਾਰ ਵੀ ਕਿ ਬਿਨਾਂ ਕਿਸਾਨਾਂ ਤੋਂ ਇੱਕ ਨਵਾਂ ਪੰਜਾਬ ਸਾਹਿਬ ਦਾ ਸਮਝੌਤਾ ਕਰ ਰਹੇ ਨੇ ਭਾਜਪਾ ਨਾਲ। ਅਤੇ ਮੈਂ ਤਾਂ ਉਹ ਪਹਿਲੇ ਦਿਨ ਕਿਹਾ ਕਿ ਕੈਪਟਨ ਸਾਹਿਬ ਕੰਪਰੋਮਾਈਜ਼ ਚੀਫ ਮਿਨਿਸਟਰ ਨੇ ਬਾਦਲਾਂ ਨਾਲ ਉਹਨਾਂ ਨੇ ਕੰਪਰੋਮਾਈਜ਼ ਕੀਤਾ, ਨਹੀਂ 54 ਲੱਖ ਰੁਪਏ ਦਾ ਮੁਨਾਫਾ ਸਾਢੇ 4 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ, ਅੱਜ ਜੋ ਮੈਂ ਕੰਮ ਕਰਦਾ ਪਹਿਲਾਂ ਹੋ ਜਾਣਾ ਚਾਹੀਦਾ ਸੀ। ਦੋਬਾਰ ਨੇ ਸਰਕਾਰ ਚਲਾਈ, ਇਹ ਮਨ ਦੇ ਵਿੱਚ ਪਹਿਲਾਂ ਸੀ ਕੈਪਟਨ ਸਾਹਿਬ ਦੇ ਕਿ ਮੈਂ 50 ਸਾਲਾਂ ਬਾਅਦ ਮੈਂ ਸਰਕਾਰ ਦੇ ਨਵੀਂ ਸਰਕਾਰ ਅਸੀਂ ਬਣਾਵਾਂਗੇ ਛੱਡ ਕੇ ਅਤੇ ਮੁੜ ਕੇ ਭਾਜਪਾ ਨਾਲ ਯੂਜ਼ ਕਰਾਂਗੇ।